गोलियां चला के गए आ राजवीर मन्नू ने सर मुंडे भेजे मन्नू भी नाल आया सी गब्बर गब्बर मुंडा आया सर साढ़े ते हमला किया वा जानलेवा हमला किया गोलियां चला के सर इतने इट्टा रोड़े मार के गए सारा सारा घर तोड़े गल की हुई है गल सर ओदी भांजी आ साढ़े घर ब्याई लव मैरिज कराई है उन्हें वह साढ़े घर ब्याई आते करके सारा ਇੱਦਾਂ ਝਗੜਾ ਕੀਤਾ ਉਹਨੇ ਉਹ ਕਹਿੰਦਾ ਮੈਂ ਕੁੜੀ ਨੂੰ ਜਾਨ ਤੋਂ ਮਾਰਨਾ ਕੁੜੀ ਜਾਂਦੀ ਹੈ ਜਿਸ ਤੇ ਮੁੱਕ ਜਾ ਕੇ ਵੈਰੀਫਾਈ ਕੀਤਾ ਇੱਥੇ ਇੱਕ ਲੜਕੀ ਰਹਿੰਦੀ ਹੈ ਹਿਨਾ ਇਹਨੇ ਅਰਜੁਨ ਕਲਿਆਣ ਨਾਂ ਦੇ ਲੜਕੇ ਨਾਲ ਮੈਰਿਜ ਕਰਵਾਈ ਸੀ ਉਹਦੇ ਵਿੱਚ ਉਹ ਜਿਹੜੀ ਲੜਕੀ ਨੇ ਜਦੋਂ ਮੈਰਿਜ ਹੋਈ ਇਹਨਾਂ ਦੇ ਆਪਣੇ ਰਿਲੇਸ਼ਨ ਸੀਗੇ ਕੁੜੀ ਮੁੰਡੇ ਦੇ ਨੋਨ ਸੀਗੇ ਵਿਆਹ ਕਰਾਉਣਾ ਚਾਹੁੰਦੇ ਸੀ ਅਤੇ ਜਿਹੜੀ ਇਹ ਲੜਕੀ ਦੀ ਮਾਮੀ ਅਤੇ ਨਾਨੀ ਹੈ ਇਹ ਇਸ ਟਾਈਮ ਮੈਰਿਜ ਵਾਸਤੇ ਸਹਿਮਤ ਸੀ ਪਰ ਉਹਨਾਂ ਦੇ ਮਾਮਾ ਸੀ ਰਾਜਵੀਰ ਮੈਨੂੰ ਉਹ ਸਹਿਮਤ ਨਹੀਂ ਸੀ ਸਰ ਪਤਾ ਲੱਗਾ ਕਿੰਨੀਆਂ ਗੋਲੀਆਂ ਚੱਲੀਆਂ ਕੁਛ ਪਤਾ ਲੱਗਾ ਇੱਥੇ ਮੈਨੂੰ ਇਹਦੇ ਲੋਕਾਂ ਅਨੁਸਾਰ ਦੋ ਗੋਲੀਆਂ ਚੱਲੀਆਂ ਤੁਸੀਂ ਰੋਡ ਵਗੈਰਾ ਮਿਲਿਆ ਗੋਲੀ ਦਾ ਹਾਂ ਇੱਕ ਫੋਨ ਮਿਲਿਆ ਇੱਥੇ ਏਰੀਆ ਕਿਹੜਾ ਪੈਂਦਾ ਸਰ ਏਰੀਆ ਕਿਹੜਾ ਪੈਂਦਾ ਸਰ ਏਰੀਆ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਗਲੀ ਨੰਬਰ 8 ਥਾਣਾ ਭਾਰੋ ਕਿਹਾ ਸਰ ਸੋ ਪੁਰਾਣੀ ਰੰਜਿਸ਼ ਇਹ ਹੋਈ ਹੈ ਪੁਰਾਣੀ ਰੰਜਿਸ਼ ਨਹੀਂ ਆਈ ਉਹ ਖਾਲ ਪਰ ਉਹ ਸਿਰਫ ਇਹ ਵੀ ਹੁਣ ਲੜਕੀ ਵਾਲੇ ਦੱਸਦੇ ਪਏ ਕਿ ਸਾਨੂੰ ਇਹ ਲੜਕੀ ਨਾਲ ਕੋਈ ਐਫ ਡੀ ਵਗੈਰਾ ਹੈਗੀ ਆ ਉਹ ਜਿਹੜਾ ਰਾਜਵੀਰ ਨੰਨੂ ਕਹਿੰਦਾ ਵੀ ਇਹ ਪੈਸੇ ਦੇ ਨਾਲ ਕਰ ਸਰ ਪਤਾ ਲੱਗਾ ਕੋਲ ਹੀ ਬੰਦੇ ਜਿੰਨਾ ਗੋਲੀ ਚਲਾਈ ਹੈ ਹਾਂ ਇੱਕ ਮੁੰਡਾ ਰਾਜਵੀਰ ਨੰਨੂ ਨਾਲ ਉਹਦੇ ਨਾਲ ਹੋਰ ਬਾਸੀ ਸਰ ਕਿਹੜੀ ਜਗ੍ਹਾ ਦਾ ਬਾਸੀ ਕਿਹੜੀ ਆ ਇਹ ਸਰ ਕੋਰਸ ਦੀ ਹੈ ਕੋਰਸ ਦੀ ਕਾਲਾ ਸੰਘਾ ਰੋਡ ਤੇ ਕੋਰਸ